ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਪ੍ਰਦੇਸ਼ ਟੀਵੀ ਤੇ ਰੈਡ FM ਕੈਂਡਲ टुडे ਸਾਰੇ ਅਜ਼ੀਜ਼ ਸਾਥੀਆਂ ਦਾ ਮੈਂ ਰਾਜੇਪ ਸਿੰਘ ਕੌਰ ਅੱਜ ਦੇ ਖਾਸ ਬੁਲੇਟਿਨ ਦੇ ਵਿੱਚ ਨਿਗਾਹ ਸਵਾਗਤ ਕਰਦੀ ਹਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇ ਗਏ ਬਜਟ ਦੇ ਵਿੱਚ ਕਾਂਗਰਸ ਸਰਕਾਰ ਦੁਆਰਾ ਆਉਣ ਵਾਲੇ ਚੋਣਵਰੇ ਦਿਮਬਤ ਦੀ ਨਜ਼ਰ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਗਿਆ ਪਰ ਦੂਜੀ ਪਾਸੇ ਵਿਰੋਧੀ ਪਾਰਟੀਆਂ ਦੁਆਰਾ ਸਖਤ ਪ੍ਰਤੀਕਿਰਿਆਵਾਂ ਇਸ ਬਜਟ ਦੇ ਪ੍ਰਤੀ ਦਿੱਤੀਆਂ ਜਾ ਰਹੀਆਂ ਨੇ ਸ਼ੋਮਨੀ ਕਾਲੀਦਲ ਦੇ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਹ ਬਜਟ ਮਹਜ਼ ਇੱਕ ਡਰਾਮਾ ਹੈ ਸ਼ੋਮਣੀ ਕਾਲੇਦ ਦੇ ਵਿਧਾਇਕਾਂ ਦੁਆਰਾ ਅੱਜ ਬਜਟ ਵਿਲਾਸ ਦੀ ਵਿਧਾਨ ਸਭਾ ਵਿੱਚ ਹੋਣ ਜਾ ਰਹੀ ਕਾਰਵਾਈ ਤੋਂ ਪਹਿਲਾਂ ਵੀ ਵਿਧਾਨ ਸਭਾ ਦੇ ਬਾਹਰ ਮਿੱਠੀਆਂ ਗੋਲੀਆਂ ਵੰਡੀਆਂ ਗਈਆਂ ਨੇ ਉਹਨਾਂ ਦਾ ਕਹਿਣਾ ਕਿ ਬੀਤੇ ਦਿਨ ਮੰਤਪ੍ਰੀਤ ਸਿੰਘ ਬਾਦਲ ਦੁਆਰਾ ਵੀ ਬਜਟ ਦੇ ਨਾਮ ਤੇ ਪੰਜਾਬ ਦੇ ਲੋਕਾਂ ਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਗਈਆਂ ਨੇ ਤੇ ਅੱਜ ਅਸੀਂ ਵੀ ਉਹੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਹਰਪਾਲ ਸਿੰਘ ਟੀਮ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਪੰਜਾਬ ਦਾ ਬਜਟ ਪੰਜਾਬ ਦੇ ਵਿੱਤ ਮੰਤਰੀ ਨੇ ਨਹੀਂ ਬਣਾਇਆ ਸਗੋਂ ਪ੍ਰਸ਼ਾant ਕਿਸ਼ੋਰ ਨੇ ਬਣਾਇਆ ਅੱਜ 9 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਬਜਟ ਜਲਾਸ ਦਾ 7ਵਾਂ ਦਿਨ ਹੈ ਬੀਤੇ ਦਿਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੁਆਰਾ ਪੇਸ਼ ਕੀਤੇ ਗਏ ਸੂਬੇ ਦੇ ਸਾਲਾਨਾ ਬਜਟ ਤੋਂ ਬਾਅਦ ਵਿਰੋਧੀ ਪਾਰਟੀਆਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਦੱਸ ਦੇ ਕਿ ਬਜਟ ਪੇਸ਼ ਕੀਤੇ ਜਾਣ ਮੌਕੇ ਹੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਰਵਾਦ ਰਹਿਕਰਜੇ ਅਤੇ ਸ਼੍ਰੋਮਣੀ ਕਾਲੀ ਦਲ ਦੇ ਦੋ ਵਿਧਾਇਕਾਂ ਨੇ ਕਿਸਾਨ ਖੁਦਕੁਸ਼ੀਆਂ ਤੋਂ ਪੀੜਤ ਪਰਿਵਾਰਾਂ ਲਈ ਬਜਟ ਵਿੱਚ ਕੋਈ ਵੀ ਰਾਸ਼ੀ ਨਾ ਰੱਖੇ ਜਾਣ ਦੇ ਵਿਰੋਧ ਵਿੱਚ ਵਾਕਆਊਟ ਕਰ ਦਿੱਤਾ ਸੀ ਪੰਜਾਬ ਦੇ ਸਾਲਾਨਾ ਬਜਟ ਦੀਆਂ ਕਾਪੀਆਂ ਦੇ ਉੱਪਰ ਜੈ ਜਵਾਨ ਜੈ ਕਿਸਾਨ ਲਿਖਿਆ ਹੋਇਆ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਬਿਆਨ ਦਿੱਤਾ ਹੈ ਕਿ ਪੰਜਾਬ ਦਾ ਗ੍ਰੀ ਪੱਕੀ ਹੈ ਅਤੇ ਬਜਟ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਯਕੀਨੀ ਬਣਾਵੇਗਾ ਵ੍ਰੋਧੀ ਪਾਰਟੀਆਂ ਤਰ੍ਹਾਂ ਵੀ ਲਗਾਤਾਰ ਬਜਟ ਤੇ ਟਿੱਕਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਮੰਗਦਾ ਹੈ ਜਵਾਬ ਦੇ ਬੈਨਰ ਹੇਠ ਪੰਜਾਬ ਭਰ ਵਿੱਚ ਅਕਾਲੀ ਦਲ ਦੁਆਰਾ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿੱਥੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਜਟ ਦੇ ਵਿੱਚ ਆਮ ਲੋਕਾਂ ਨੂੰ ਕਈ ਲੁਭਾਉ ਹਸੂਲਤਾਂ ਦੇਣ ਦੇ ਯਤਨ ਕੀਤੇ ਗਏ ਨੇ ਉੱਥੇ ਦੂਜੇ ਪਾਸੇ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਉਫਾਲੇ ਸਬਜ਼ੀਆਂ ਤੇ ਦੁੱਧ ਤੇ ਹਰ ਸਾਲ ਐਮਐਸਪੀ ਲਾਗੂ ਕਰਿਆ ਕਰਨਗੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਹ ਬਜਟ ਮਹਜ ਇੱਕ ਅਦਕਾਣਾ ਕਿ ਪੰਜਾਬ ਦੀ ਜਨਤਾ ਨੂੰ ਲੁਭਾਉਣ ਲਈ ਕਾਂਗਰਸ ਵੱਡੇ ਵੱਡੇ ਵਾਅਦੇ ਕਰਦੀ ਹੈ ਪਰ ਪਹਿਲਾਂ ਵਾਂਗ ਹੁਣ ਵੀ ਇਹਨਾਂ ਵਾਦਿਆਂ ਤੇ ਉਹ ਪੂਰੇ ਨਹੀਂ ਉਤਰਨਗੇ ਇਸ ਦੌਰਾਨ ਆਮ ਆਦਮੀ ਪਾਰਟੀ ਨੇ ਵੀ ਬਜਟ ਤੇ ਅਲੱਗ ਹੀ ਬਿਆਨ ਦੇ ਦਿੱਤਾ ਹੈ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਸ ਬਜਟ ਨੂੰ ਕੈਪਟਨ ਸਰਕਾਰ ਦੇ ਵਿੱਤ ਮੰਤਰੀ ਨੇ ਨਹੀਂ ਸਗੋਂ ਪ੍ਰਸ਼ਾਂਤ ਕਿਸ਼ੋਰ ਨੇ ਬਣਾਇਆ ਹੈ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਪੰਜਾਬ ਨੂੰ ਪ੍ਰਸ਼ਾਂਤ ਕਿਸ਼ੋਰ ਦਾ ਨਹੀਂ ਬਲਕਿ ਪੰਜਾਬੀਆਂ ਦਾ ਬਜਟ ਚਾਹੀਦਾ ਹੈ ਇਹ ਸਵਾਲ ਜਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਰੋਹ ਭਰੇ ਲਫ਼ਜ਼ਾਂ ਦੇ ਵਿੱਚ ਜਵਾਬ ਦਿੱਤਾ ਕਿ ਪ੍ਰਸ਼ਾਂਤ ਕਿਸ਼ੋਰ ਦੀ ਉਹਨਾਂ ਨੇ ਸ਼ਕਲ ਵੀ ਨਹੀਂ ਦੇਖੀ ਹੈ ਚੋਣਾ ਤਾਂ ਮੈਂ ਲੜਨੀ ਆਲੀ ਤੇ ਬਜਟ ਦੀ ਤਿਆਰੀ ਤਾਂ ਨਵੰਬਰ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ ਪੰਜਾਬ ਸਰਕਾਰ ਦੇ ਕਾਲ ਦੇ ਸਾਖਰੀ ਬਜਟ ਨੂੰ ਆਮ ਲੋਕਾਂ ਦੁਆਰਾ ਰਲਮਿਲਮਾ ਹੰਗਾਰਾ ਮਿਲੇ। ਬੀਤੇ ਦਿਨ ਬਜਟ ਤੋਂ ਅਸੰਤੁਸ਼ਟ ਮੁਲਾਜ਼ਮਾਂ ਦੁਆਰਾ ਪੰਜਾਬ ਯੂਟੀ ਮੁਲਾਜ਼ਮਤ ਤੇ ਪੈਨਸ਼ਨਰਾਂ ਸੰਜਾ ਫਰੰਟ ਦੀ ਗਵਾਈ ਹੇਠ ਪਟਿਆਲਾ ਵਿੱਚ ਭੋਖੜ ਧਰਾਲ ਤੇ ਰੋਸ ਰੈਲੀ ਕੀਤੀ ਗਈ। ਮੁਲਾਜ਼ਮਾਂ ਦੁਆਰਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਤਸਵੀਰਾਂ ਲੱਗੇ ਕਵੰਜਾ ਘੜੇ ਪੰਨੇ ਗਏ ਤੇ ਬਜਟ ਸੰਦੀ ਭਾਸ਼ਣ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਪੰਜਾਬ ਸਰਕਾਰ ਦੁਆਰਾ ਔਰਤਾਂ ਨੂੰ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਦੀ ਸਹੂਲਤ ਦਿੱਤੇ ਜਾਣ ਦੇ ਐਲਾਨ ਨੂੰ ਵੀ ਟਰਾਂਸਪੋਰਟਰਾਂ ਦੁਆਰਾ ਇੱਕ ਵੱਡਾ ਧੋਖਾ ਕਰਾਰ ਕਰ ਦਿੱਤਾ ਗਿਆ ਨਿੱਜੀ ਟ੍ਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕੋਈ ਵੀ ਪੰਜਾਬ ਰੋਡਵੇਜ਼ ਦੀ ਬੱਸ ਨਹੀਂ ਜਾ ਰਹੀ ਹੈ ਅਤੇ ਘਾਟੇ ਵਾਲੇ ਸਾਰੇ ਪਿੰਡੂ ਖੇਤਰਾਂ ਦੇ ਰੂਟ ਸੂਬਾ ਸਰਕਾਰ ਪਹਿਲਾਂ ਹੀ ਛੱਡ ਚੁੱਕੀ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੀ ਵਿੱਤੀ ਹਾਲਤ ਤੇ ਬਿਆਨ ਦਿੰਦਿਆਂ ਆਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਵਿੱਤੀ ਵਸੀਲੇ ਹੱਥੋਂ ਚ ਲਈ ਜਾਣ ਕਰਕੇ ਪੰਜਾਬ ਸਰਕਾਰ ਕੋਲ ਆਮਦਨ ਦੇ ਨਵੇਂ ਵਸੀਲੇ ਪੈਦਾ ਕਰਨ ਦੀ ਗੁੰਜਾਇਸ਼ ਨਹੀਂ ਰਹੀ ਹੈ। ਵੱਧ ਰਹੀਆਂ ਤੇਲ ਕੀਮਤਾਂ ਬਾਰੇ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਇਸ ਬਾਰੇ ਕਦਮ ਚੁੱਕ ਸਕਦੀ ਹੈ ਪਰ ਸੂਬੇ ਬੈਟ ਘਟਾਉਣ ਦੀ ਪਹੁੰਚ ਵਿੱਚ ਨਹੀਂ ਨੇ। ਕੈਪਟਨ ਅਬਰਿੰਦਰ ਸਿੰਘ ਦੁਆਰਾ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕਰਦੇ ਆ ਕਿਹਾ ਗਿਆ ਕਿ ਬਜਟ ਤਸਵੀਜ਼ਾਂ ਤੋਂ ਇਹ ਸਪਸ਼ਟ ਹੈ ਕਿ ਰਾਜ ਦੀ ਵਿੱਤੀ ਹਾਲਤ ਵਿੱਚ ਵੱਡਾ ਸੁਧਾਰ ਹੋਇਆ ਹੈ ਅਤੇ ਪੰਜਾਬ ਇੱਕ ਵਾਰ ਫਿਰ ਤੋਂ ਦੁਬਾਰਾ ਵਿੱਤੀ ਪੱਖੋਂ ਮਜ਼ਬੂਤੀ ਦਿਵਾਲ ਵੱਧ ਰਿਹਾ ਹੈ ਪੰਜਾਬ ਦੇ ਸਿਆਸਤਦਾਨ ਸੁਖਪਾਲ ਸਿੰਘ ਖੈਰਾ ਦੇ ਘਰ ਅੱਜ ED ਦੁਆਰਾ ਛਾਪੇਮਾਰੀ ਕੀਤੀ ਜਾ ਰਹੀ ਹੈ ਦਾਅਵਾ ਕੀਤਾ ਕਿ ਅੱਜ ਸਵੇਰ ਕਰੀਬ 7:30 ਵਜੇ ED ਦੇ ਅਧਿਕਾਰੀ ਸੁਖਪਾਲ ਸਿੰਘ ਖੈਰਾ ਦੇ ਘਰ ਪਹੁੰਚੇ ਅਤੇ ਹੁਣ ਤੱਕ ਛਾਪੇਮਾਰੀ ਕੀਤੀ ਜਾ ਰਹੀ ਹੈ ਸੁਖਪਾਲ ਸਿੰਘ ਖੈਰਾ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਅਜੇ ਤੱਕ ED ਦੇ ਅਧਿਕਾਰੀਆਂ ਦੁਆਰਾ ਕੋਈ ਵੀ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿ ਕਿਉਂ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਲਗਾਤਾਰ ਛਾਪੇ ਜਿਹੜੇ ਮਾਰੇ ਜਾ ਰਹੇ ਨੇ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਖਬਰਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਸ ਮਾਮਲੇ ਨੂੰ ਕਿਸਾਨੀ ਅੰਦੋਲਨ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਸੁਪਾਲ ਸਿੰਘ ਖੈਰਾ ਕਿਸਾਨੀ ਅੰਦੋਲਨ ਦੇ ਸਮੇਤ ਦਿੱਲੀ ਲਾਲ ਕਿਲੇ ਮਾਮਲੇ ਨਾਲ ਜੁੜੇ ਮੁੱਦਿਆਂ ਤੇ ਵੀ ਲਗਾਤਾਰ ਸਰਗਰਮ ਦਿਖਾਈ ਦੇ ਰਹੇ ਨੇ ਉਹਨਾਂ ਦੁਆਰਾ ਇੱਕ ਟਵੀਟ ਵੀ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਹੈ ਉਹਨਾਂ ਆਖੇ ਕਿਸਾਨੀ ਅੰਦੋਲਨ ਨਾਲ ਜੁੜੇ ਹੋਣ ਕਰਕੇ ਹੀ ਕੇਂਦਰ ਸਰਕਾਰ ਦੁਆਰਾ ਅਜਿਹੀਆਂ ਕਾਰਵਾਈਆਂ ਉਹਨਾਂ ਦੇ ਉੱਪਰ ਕੀਤੀਆਂ ਜਾ ਰਹੀਆਂ ਨੇ ਸੁਖਪਾਲ ਸਿੰਘ ਖੈਰਾ ਦੇ ਘਰ ਈਡੀ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਨੂੰ ਕਿਸਾਨੀ ਅੰਦੋਲਨ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਅੰਦਰ ਕਿਸਾਨੀ ਸੰਘਰਸ਼ ਦੇ ਸਿਮੇਤ 26 ਜਨਵਰੀ ਲਾਲ ਕਿਲੇ ਦੇ ਮਾਮਲੇ ਨਾਲ ਜੁੜੇ ਹੋਏ ਮੁੱਦਿਆਂ ਤੇ ਸੁਖਪਾਲ ਸਿੰਘ ਖੈਰਾ ਕਾਫੀ ਸਰਗਰਮ ਰਹੇ ਨੇ ਸੁਖਪਾਲ ਖੈਰਾ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਲਟਨ ਕਾਰਨ ਆਪਣੀ ਜਾਨ ਗੁਆ ਚੁੱਕੀ ਨਵਰੀਤ ਸਿੰਘ ਦੇ ਮਾਮਲੇ ਨਾਲ ਵੀ ਜੁੜੇ ਹੋਏ ਨੇ ED ਦੇ ਅਧਿਕਾਰੀਆਂ ਦੁਆਰਾ ਸਪਸ਼ਟ ਤੌਰ ਤੇ ਨਹੀਂ ਦੱਸਿਆ ਜਾ ਰਿਹਾ ਕਿ ਛਾਪੇਮਾਰੀ ਕਿੰਨਾ ਕਾਰਨ ਕਰਕੇ ਕੀਤੀ ਜਾ ਰਹੀ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ ਜਿਨ੍ਹਾਂ ਦੇ ਆਧਾਰ ਤੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਸੁਖਪਾਲ ਖੇੜਾ ਦੇ ਘਰ ਛਾਪੇਮਾਰੀ ਕਰਨ ਦਾ ਉਹਨਾਂ ਨੂੰ ਅਧਿਕਾਰ ਹੈ ED ਦੁਆਰਾ ਕੀਤੀ ਜਾ ਰਹੀ ਛਾਪੇਮਾਰੀ ਕਦ ਤੱਕ ਚੱਲੇਗੀ ਇਸ ਬਾਰੇ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੈ ਸੁਖਪਾਲ ਸਿੰਘ ਖੇੜਾ ਦੇ ਘਰ ਵਕੀਲ ਆਰਸ ਬੈਂਸ ਵੀ ਪਹੁੰਚੇ ਸਨ ਤੇ ਉਹਨਾਂ ਦਾ ਕਹਿਣਾ ਹੈ ਕਿ ਨਵਰੀਤ ਸਿੰਘ ਦੇ ਕੇਸ ਵਿੱਚ ਸੁਖਪਾਲ ਖੇੜਾ ਦੁਆਰਾ ਉਹਨਾਂ ਦਾ ਮਾਮਲਾ ਦਿੱਲੀ ਹਾਈ ਕੋਰਟ ਦੇ ਵਿੱਚ ਝੁਕਿਆ ਗਿਆ ਸੀ ਅਤੇ ਉਹ ਸਿਰਫ ਇਸ ਮਾਮਲੇ ਨਾਲ ਜੁੜੇ ਹੋਣ ਕਰਕੇ ਹੀ ਈਡੀ ਦੁਆਰਾ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਈਡੀ ਦੇ ਅਧਿਕਾਰੀਆਂ ਦੁਆਰਾ ਸੁਖਪਾਲ ਖੇੜਾ ਦੇ ਘਰ ਦੇ ਬਾਹਰ ਬੈਰੀਕੇਟਿੰਗ ਕਰਕੇ ਅੰਦਰ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਹੈ ਅਤੇ ਜਾਣਕਾਰੀ ਮਿਲ ਰਹੀ ਹੈ ਕਿ ਫੋਨ ਵੀ ਹੁਣ ਸੀਲ ਕਰ ਦਿੱਤੇ ਗਏ ਨੇ ਸੁਖਪਾਲ ਖੇੜਾ ਦੁਆਰਾ ਖੁਦ মিডিਆ ਸਾਹਮਣੇ ਆ ਕੇ ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜ਼ਿਕਰ ਜੋ ਹੈ ਕਿ ਕਿਸਾਨੀ ਅੰਦੋਲਨ ਦੇ ਚੱਲਦੇ ਸੰਘਰਸ਼ ਦੀ ਹਮਾਇਤ ਦੇ ਵਿੱਚ ਉੱਤਰੀਆਂ ਨਾਮੀ ਹਸਤੀਆਂ ਦੇ ਘਰ ਸਰਕਾਰੀ ਏਜੰਸੀਆਂ ਦੁਆਰਾ ਛਾਪੇਮਾਰੀ ਕੀਤੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਸੁਖਪਾਲ ਖੇੜਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਰਕਾਰ ਦੁਆਰਾ ਡਰਾਇਆ ਤੇ ਧਮਕਾਇਆ ਜਾਂਦਾ ਹੈ ਸੁਖਪਾਲ ਸਿੰਘ ਖੇੜਾ ਨੇ ਕਿਹਾ ਹੈ ਕਿ ਉਹ ਤੇ ਉਹਨਾਂ ਦਾ ਪੂਰਾ ਪਰਿਵਾਰ ਨਿਆਂ ਦੇ ਲਈ ਲੜਦਾ ਰਿਹਾ ਹੈ ਅਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੁਝ ਗਲਤ ਨਹੀਂ ਕੀਤਾ ਹੈ منی ਲਾਂਡਿੰਗ ਦੇ ਇਲਜ਼ਾਮਾਂ ਤੇ ਬੋਲਦਿਆਂ ਸੁਖਪਾਲ ਖੇੜਾ ਨੇ ਕਿਹਾ ਕਿ ਤਾਪਸੀ ਪੰਨੂ ਅਨਰਾਗ ਕਸ਼ਯਪ ਅਤੇ ਦਲਜੀਤ ਦਸਾਂ ਸਮੇਤ ਜੋ ਵੀ ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਉੱਠ ਰਿਹਾ ਹੈ ਉਹਨਾਂ ਉੱਪਰ ਈਡੀ ਦੁਆਰਾ ਰੇਡ ਕੀਤੀ ਗਈ ਹੈ ਸਕਵਾਲ ਕਰਨ ਨੇ ਕਿਹਾ ਕਿ ਮਨੀ ਲਾਂਡਰਿੰਗ ਦੇ ਕੇਸ ਦਾ ਪੈਸੇ ਦੇ ਮਾਮਲੇ ਦੇ ਵਿੱਚ ਵੱਡੇ ਤਣਾੜ ਲੋਕਾਂ ਦੇ ਉੱਪਰ ਪਾਏ ਜਾਂਦੇ ਨੇ ਪਰ ਉਹ ਜੋ ਖੁਦ ਕਰਜ਼ੇ ਦੇ ਵਿੱਚ ਡੁੱਬੇ ਹੋਏ ਨੇ ਉਹਨਾਂ ਉੱਪਰ ਮਨੀ ਲਾਂਡਰਿੰਗ ਦਾ ਕੇਸ ਪਾਉਣਾ ਇੱਕ ਹਾਸੋ ਹੀਣੀ ਗੱਲ ਹੈ ਕਮਾਂਤਰੀ ਮਹਿਲਾ ਇਸ ਮੌਕੇ ਕਿਸਾਨੀ ਮੋਰਚਿਆਂ ਤੇ ਔਰਤਾਂ ਦੀ ਸਰਦਾਰੀ ਦੇਖਣ ਨੂੰ ਮਿਲੀ ਦਿੱਲੀ ਮੋਰਚਿਆਂ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੇ ਵਿੱਚ ਜਿੱਥੇ ਵੀ ਕਿਸਾਨੀ ਮੋਰਚੇ ਲਗਾਏ ਗਏ ਨੇ ਉੱਥੇ ਵੀ ਕਿਸਾਨੀ ਮੋਰਚਿਆਂ ਨੂੰ ਔਰਤਾਂ ਦੁਆਰਾ ਹੀ ਸੰਭਾਲਿਆ ਗਿਆ ਹਰਿਆਣਾ ਸਰਕਾਰ ਦੇ ਖਿਲਾਫ ਹੁਣ ਜਿਹੜਾ ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ ਕਿਸਾਨ ਆਗੂ ਗੁਨਾਮ ਸਿੰਘ ਚਰੂਣੀ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਆਖਿਆ ਕਿ ਖੱਟੜ ਸਰਕਾਰ ਨੂੰ ਹੁਣ ਬੇਪਰੋਸਗੀ ਮਤੇ ਲਈ ਤਿਆਰ ਹੋ ਜਾਣਾ ਚਾਹੀਦਾ ਹੈ ਦੱਸਿਆ ਕਿ 10 ਮਾਰਚ ਨੂੰ ਹਰਿਆਣਾ ਸਰਕਾਰ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਬੇਪਰੋਸਗੀ ਦਾ ਮਤਾ ਪਾਸ ਕੀਤਾ ਜਾਵੇਗਾ ਕਾਂਗਰਸ ਸਰਕਾਰ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਦੁਆਰਾ ਵੀ ਸੂਬੇ ਦੇ ਲੋਕਾਂ ਨੂੰ ਇਹ ਸੱਦਾ ਦਿੱਤਾ ਗਿਆ ਹੈ ਕਿ ਉਹ ਇਸ ਬੇਪਰੋਸਗੀ ਮਤੇ ਦਾ ਜਿਹੜਾ ਸਮਰਥਨ ਕਰਨ ਅਤੇ ਜਿਹੜੀ ਪਖਟੜ ਸਰਕਾਰ ਹੈ ਉਸ ਦਾ ਵਿਰੋਧ ਕਰਨ ਕਿਸਾਨੀ ਅੰਦੋਲਨ ਨਾਲ ਜੁੜੀ ਹਰਿਆਣਾ ਦੀ ਨੌਦੀਪ ਕੌਰ ਉੱਪਰ ਦਿੱਲੀ ਯੂਨੀਵਰਸਿਟੀ ਵਿਖੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਕਿ ਦਿੱਲੀ ਯੂਨੀਵਰਸਿਟੀ ਵਿਖੇ ਕਮਾਂਤਰੀ ਮਹਿਲਾ ਦਿਵਸ ਮੌਕੇ ਇੱਕ ਸਮਾਗਮ ਕਰਵਾਇਆ ਜਾ ਰਿਹਾ ਸੀ ਜਿੱਥੇ ਸ਼ਿਰਕਤ ਕਰਨ ਲਈ ਨੌਦੀਪ ਕੌਰ ਅਤੇ ਉਸ ਦੀ ਭੈਣ ਪਹੁੰਚੀ ਹੋਈ ਸੀ ਅਤੇ ਸਮੌਕੇ AIBP ਦੇ ਵਰਕਰਾਂ ਅਤੇ ਜਿਹੜੇ ਸਮਾਗਮ ਕਰਵਾ ਰਹੇ ਵਿਦਿਆਰਥੀ ਉਹਨਾਂ ਵਿਚਕਾਰ ਤਣਾਅ ਦਾ ਮਾਹੌਲ ਬਣ ਜਾਂਦਾ ਹੈ ਜਿਸ ਤੋਂ ਬਾਅਦ ਮੁੱਠ ਭੇੜ ਦੀਆਂ ਜਿਨ੍ਹਾਂ ਤਸਵੀਰਾਂ ਉਹ ਸਾਹਮਣੇ ਆ ਰਹੀਆਂ ਨੇ ਇਸਦੇ ਆ ਕਈ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੌਦੀਪ ਕੌਰ ਅਤੇ ਪੁਲਿਸ ਵਿਸ਼ਕਾਰ ਅਤੇ ਜਿਹੜੇ এবੀਪੀ ਬੀਪੀ ਦੇ ਸਮਰਥਕ ਨਹੀਂ ਉਹਨਾਂ ਵਿਚਕਾਰ ਮੁੱਠ ਭੇੜ ਹੁੰਦੀ ਨਜ਼ਰ ਆ ਰਹੀ ਹੈ ਤੇ ਕਾਫੀ ਤਣਾਅ ਦਾ ਮਾਹੌਲ ਮਹਿਸੂਸ ਕੀਤਾ ਜਾ ਰਿਹਾ ਹੈ। ਦੱਸਿਆ ਕਿ ਬੀਤੇ ਦਿਨ ਦਿੱਲੀ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਮਹਿਲਾ ਦਿਵਸ ਮਨਾਇਆ ਜਾ ਰਿਹਾ ਸੀ ਅਤੇ ਉਸ ਸਮੇਂ ਹੀ ਨੌਦੀਪ ਕੌਰ ਤੇ ਉਸ ਦੇ ਸਾਥੀਆਂ ਨਾਲ ਹੋਈ ਇਸ ਬਦਸਲੂਕੀ ਦੀ ਘਟਨਾ ਵਾਪਰੀ ਹੈ। ਇਸ ਸਮਾਗਮ ਦੇ ਵਿੱਚ ਹਰਿਆਣਾ ਦੇ ਬਟਾਣਾ ਤੇ ਦਿੱਲੀ ਦੇ ਗੁਲਮੰਡੀ ਤੋਂ ਇਲਾਵਾ ਹਾਥਰ ਸਰੀਪਕੇਸ ਦੀ ਗੱਲ ਕਰਦੇ ਹੋਏ ਪੁਲਿਸ ਤੇ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਸਨ ਅਤੇ ਇਸ ਦੇ ਦੌਰਾਨ ਹੀ AVBP ਦੇ ਵਰਕਰਾਂ ਤੇ ਪ੍ਰੋਗਰਾਮ ਕਰਵਾ ਰਹੇ ਵਿਦਿਆਰਥੀਆਂ ਵਿਚਕਾਰ ਤਣਾਅ ਦਾ ਮਾਹੌਲ ਬਣ ਜਾਂਦਾ ਹੈ ਅਤੇ ਮੁੱਠਪੇੜ ਸ਼ੁਰੂ ਹੋ ਜਾਂਦੀ ਹੈ। ਦੋਨੋਂ ਗਰੁੱਪਾਂ ਦੁਆਰਾ ਇੱਕ ਦੂਸਰੇ ਦੇ ਉੱਪਰ ਝਗੜਾ ਕਰਨ ਦੇ ਦੋਸ਼ ਲਗਾਏ ਗਏ ਨੇ। ਇਸ ਘਟਨਾ ਦੌਰਾਨ ਨੌਦੀਪ ਕਰਨਲ ਕੀਤੀ ਜਾ ਰਹੀ ਖਿੱਚਤੋ ਦੀਆਂ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਅਤੇ ਉਹਨਾਂ ਦੇ ਕਈ ਸਾਥੀਆਂ ਨੂੰ ਸੱਟਾਂ ਲੱਗਣ ਦੀ ਵੀ ਜਾਣਕਾਰੀ ਹਾਸਲ ਹੋ ਰਹੀ ਹੈ। ਪੱਛਮੀਂਗਾਲ ਦੇ ਵਿੱਚ ਜਿਵੇਂ ਜਿਵੇਂ ਚੋਨਾ ਦਾ ਸਮਾਂ ਨਜ਼ਦੀਕ ਹੁੰਦਾ ਜਾ ਰਿਹਾ ਹੈ ਉਸੇ ਤਰ੍ਹਾਂ ਪੱਛਮੀਂਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਤਿੱਖੇ ਬਿਆਨ ਵੀ ਜਿਹੜੇ ਉਹ ਜਾਰੀ ਕੀਤੇ ਜਾ ਰਹੇ ਨੇ ਦੱਸਦੇ ਕਿ ਬੀਤੇ ਦਿਨੀ ਮਮਤਾ ਬੇਨਰਜੀ ਦੁਆਰਾ ਨਰਿੰਦਰ ਮੋਦੀ ਤੇ ਤੰਜ ਕੱਸਿਆ ਬਿਆਨ ਦਿੱਤਾ ਗਿਆ ਹੈ ਕਿ ਉਹ ਸਮਾਂ ਜਲਦੀ ਆਉਣ ਵਾਲਾ ਹੈ ਜਦ ਭਾਰਤ ਦਾ ਨਾਮ ਵੀ ਮੋਦੀਸਤਾਨ ਰੱਖ ਦਿੱਤਾ ਜਾਵੇਗਾ ਦੱਸਿਆ ਕਿ ਤਰਨਮੂਲ ਕਾਂਗਰਸ ਦੀ ਮਮਤਾ ਬੇਨਰਜੀ ਦੁਆਰਾ ਇਹਨਾਂ ਚੋਣਾਂ ਵਿੱਚ ਔਰਤਾਂ ਨੂੰ ਬੜੀ ਅਹਿਮ ਭੂਮਿਕਾ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਭਾਜਪਾ ਪਾਰਟੀ ਦੁਆਰੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਮਮਤਾ ਬੇਨਰਜੀ ਦੇ ਕਾਰਜਕਾਲ ਦੌਰਾਨ ਪਛਮੀ ਗਾਲ ਦੇ ਵਿੱਚ ਔਰਤਾਂ ਵਿਰੁੱਧ ਅਪਰਾਧ ਜਿਹੜੇ ਨੇ ਉਹ ਵਧੇ ਨਹੀਂ ਦੱਸਿਆ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਭਾਜਪਾ ਪਾਰਟੀ ਦੇ ਲਈ ਪਛਮੀ ਗਾਲ ਦੀਆਂ ਚੋਣਾਂ ਬੜੀਆਂ ਅਹਿਮ ਮੰਨੀਆਂ ਜਾ ਰਹੀਆਂ ਨੇ ਜ਼ਿਕਰ ਚੁਇਆ ਕਿ ਪਛਵੀਂ ਬੰਗਾਲ ਸਮੇਤ ਭਾਰਤ ਦੇ ਹੋਰ ਪੰਜ ਰਾਜਾਂ ਦੇ ਵਿੱਚ 27 ਮਾਰਚ ਤੋਂ ਚੋਣਾਂ ਦਾ ਅਮਲ ਸ਼ੁਰੂ ਹੋਣ ਜਾ ਰਿਹਾ ਹੈ ਸੱਤਾ ਤੇ ਕਾਵਸ ਪੰਜਵਾ ਪਾਰਟੀ ਦੁਆਰਾ ਖਾਸ ਤੌਰ ਤੇ ਪਛਵੀਂ ਬੰਗਾਲ ਦੇ ਵਿੱਚ ਲਗਾਤਾਰ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਮੰਮਤਾ ਬੇਨਰਜੀ ਦੁਆਰਾ ਵੀ ਫਸਮੀ ਟੱਕਰ ਦਿੱਤੀ ਜਾ ਰਹੀ ਹੈ ਬੀਤੇ ਦਿਨ ਪੱਛਮੀ ਬੰਗਾਲ ਦੇ ਕੋਲਕੱਤਾ ਵਿਖੇ ਪੈਦਲ ਯਾਤਰਾ ਲਈ ਪਹੁੰਚੇ ਮਮਤਾ ਬੈਨਰਜੀ ਦੁਆਰਾ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਖਤ ਆਲੋਚਨਾ ਕੀਤੀ ਗਈ ਹੈ ਕੋਵਿਡ-19 ਦੇ ਟੀਕਾਕਰਨ ਸਰਟੀਫਿਕੇਟਾਂ ਦੇ ਉੱਪਰ ਪ੍ਰਧਾਨ ਮੰਤਰੀ ਦੀ ਤਸਵੀਰ ਸ਼ਾਮਿਲ ਕੀਤੇ ਜਾਣ ਤੇ ਬਿਆਨ ਕਰਦਿਆਂ ਮਨਤਾ ਬੈਨਰਜੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਾਰਾ ਦੇਸ਼ ਹੀ ਉਹਨਾਂ ਦੇ ਨਾਮ ਤੇ ਹੋਵੇਗਾ ਦਸਤੀ ਕੀ ਪਛਮੀ ਉਗਾਲ ਦੇ ਵਿੱਚ ਔਰਤਾਂ ਦੇ ਮੁੱਦੇ ਚੋਣ ਮਹਿਮਾ ਦਾ ਹੁਣ ਕੇਂਦਰ ਬਣੇ ਹੋਏ ਨੇ ਮਮਤਾ ਬੇਨਰਜੀ ਦੀ ਤ੍ਰਿਨਮੋਲ ਕਾਂਗਰਸ ਪਾਰਟੀ ਦੁਆਰਾ 50 ਮਹਿਲਾ ਉਮੀਦਵਾਰਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਲਈ ਟਿਕਟ ਦਿੱਤੀ ਗਈ ਹੈ ਜਦਕਿ ਭਾਜਪਾ ਦੁਆਰਾ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਮਮਤਾ ਬੇਨਰਜੀ ਸਰਕਾਰ ਦੇ ਕਾਰਜਕਾਲ ਦੌਰਾਨ ਮਹਿਲਾਵਾਂ 'ਤੇ ਵਿਰੁੱਧ ਅਪਰਾਧ ਵਧੇ ਨੇ ਇੱਕ ਪਾਸੇ ਤ੍ਰਿਨਮੋਲ ਕਾਂਗਰਸ ਦਾ ਨਾਅਰਾ ਹੈ ਕਿ ਪੰਗਾਲ ਆਪਣੀ ਧੀ ਚਾਹੁੰਦਾ ਹੈ ਤੇ ਦੂਜੇ ਪਾਸੇ ਭਾਜਪਾ ਦੁਆਰਾ ਔਰਤ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਸਵਸਥਿਆ ਸਾਥੀ ਅਤੇ ਕਨਿਆਰਸੀ ਵਰਗੀਆਂ ਸਕੀਮ ਭਾਰਤ ਦੇ ਅੰਦਰ ਲਗਾਤਾਰ ਛੇਵੇਂ ਦਿਨ ਕਰੋਨਾ ਦੇ ਕੇਸ ਵਾਧੇ ਨਜ਼ਰ ਆ ਰਹੇ ਨੇ ਦੱਸਿਆ ਕਿ ਛੇ ਸੂਬੇ ਭਾਰਤ ਦੇ ਅਜੇਹੀ ਨੇ ਜਿੱਥੋਂ ਕਰੋਨਾ ਦੇ ਸਰਗਰਮ ਕੇਸ ਚਾਰਾ ਦੇਖਣ ਨੂੰ ਮਿਲ ਰਹੇ ਨੇ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਿਆ ਕਿ ਹੁਣ ਤੱਕ ਕੋਵਿਡ-19 ਦੇ ਸਰਗਰਮ ਕੇਸ ਮਾਮਲਿਆਂ ਦੀ ਗਿਣਤੀ 1,99,000 ਦੇ ਕਰੀਬ ਪਹੁੰਚ ਗਈ ਹੈ ਦੱਸਦੀ ਹੈ ਕਿ ਜਿੰਨਾ 6 ਸੂਬਿਆਂ ਦੇ ਵਿੱਚ ਸਭ ਤੋਂ ਵੱਧ ਕਰੋਨਾ ਮਾਮਲੇ ਦੇਖੇ ਜਾ ਰਹੇ ਨੇ ਉਹ ਸੂਬੇ ਨੇ ਮਹਾਰਾਸ਼ਟਰ ਕੇਰਲਾ ਪੰਜਾਬ ਕਰਨਾਟਕ ਤਾਮਿਲਨਾਡੂ ਅਤੇ ਗੁਜਰਾਤ ਕਰੋਨਾ ਮਹਾਮਾਰੀ ਦੇ ਇੱਕ ਵਾਰ ਫਿਰ ਤੋਂ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਟੀਕਾਕਰਨ ਦੇ ਮੇਮ ਨੂੰ ਵੀ ਹੁਣ ਭਾਰਤ ਦੇਸ਼ ਅੰਦਰ ਤੇਜ਼ ਕਰ ਦਿੱਤਾ ਗਿਆ ਹੈ ਭਾਰਤ ਵਿੱਚ ਇੱਕ ਦਿਨ ਅੰਦਰ ਕਰੋਨਾ ਵਾਇਰਸ ਦੇ 18599 ਨਵੇਂ ਕੇਸਾਂ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 1 ਕਰੋੜ 12 ਲੱਖ 29398 ਹੋ ਗਈ ਹੈ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਦੇਸ਼ ਅੰਦਰ ਲਗਾਤਾਰ 6ਵੇਂ ਦਿਨ ਇਲਾਜ ਦੀਨ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ 188000 ਦੇ ਕਰੀਬ ਕਰੋਨਾ ਪੀੜਤਾਂ ਦਾ ਲਾਸਟ ਚੱਲ ਰਿਹਾ ਹੈ ਜਦਕਿ ਦੇਸ਼ ਵਿੱਚ ਹੁਣ ਤੱਕ 1 ਕਰੋੜ 882798 ਦੇ ਕਰੀਬ ਕਰੋਨਾ ਮਰੀ ਸਹਿਤ ਯਾਬ ਹੋ ਚੁੱਕੇ ਨੇ ਕਰੋਨਾ ਕਾਰਨ 8 ਮਾਰਚ ਤੋਂ ਬੀਤੇ 24 ਘੰਟਿਆਂ ਅੰਦਰ 97 ਹੋਰ ਮੌਤਾਂ ਹੋਣ ਕਾਰਨ ਦੇਸ਼ ਵਿੱਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦਾ ਅੰਕੜਾ 157853 ਤੇ ਪਹੁੰਚ ਗਿਆ ਹੈ ਜੇਕਰ ਟੀਕਾਕਰਮ ਹਮੇਂਦੀ ਗੱਲ ਕਰੀਏ ਤਾਂ ਭਾਰਤ ਵਿੱਚ ਹੁਣ ਤੱਕ 2 ਕਰੋੜ 10 ਲੱਖ ਲੋਕਾਂ ਨੂੰ ਕਰੋਨਾ ਵੈਕਸੀਨ ਦੇ ਟੀਕੇ ਲਗਾਏ ਜਾ ਚੁੱਕੇ ਨੇ ਅਜ ਲਈ ਐਨਾ ਹੀ ਕੱਲ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਖਾਸ ਬੁਲੇਟਿਨ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ